हेलो हेलो ਕਿੱਦਾਂ ਜੀ, ਕੀ ਹਾਲ ਚਾਲ ਆ? ਠੀਕ ਠਾਕ ਹੋ ਜੀ ਸਾਰੇ? ਧੁੱਪ ਧੱਪ ਬਹੁਤ ਸੋਹਣੀ ਲੱਗੀ ਆ, ਐਂਡ ਮੈਂ ਸੋਚਿਆ ਵੀ ਕੋਈ ਦੂਜੇ ਸ਼ਹਿਰ ਚੱਲੀ ਅੱਜ ਨਾ। ਜੇ ਤੁਹਾਨੂੰ ਨਹੀਂ ਪਤਾ, ਮੈਂ ਆਈਲੈਂਡ 'ਤੇ ਰਹਿੰਦਾ, ਵੈਂਕੂਵਰ ਆਈਲੈਂਡ, ਨਨੈਮੂ ਸਿਟੀ ਆ ਜੀ, ਠੀਕ ਆ। ਅਤੇ ਆਪਾਂ ਚੱਲਦੇ ਹਾਂ ਵਧੀਆ ਜੀ ਜਗ੍ਹਾ ਕੋਈ, ਦੇਖਦੇ ਹਾਂ ਕਿ ਆਪਣਾ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਐਕਸਪਲੋਰ ਕਰਦੇ ਹਾਂ। ਪਤਾ ਮੈਂ ਵਲੌਗ 'ਤੇ ਇੰਟਰੋਡਿਊਸ ਕਰਾਂ, ਕਿਉਂ ਆਕੜ ਨਹੀਂ ਖਾਈ ਜਾਂਦੀ? ਆਕੜ ਕੀ, ਮੇਰੀ ਸੀਟ ਮਲ ਕੇ ਬਹਿ ਜਾਂਦਾ ਹਰ ਵਾਰ ਇਹਦਾ ਵਲੌਗ ਬਣਦਾ। बाबे वो पहुँच गया आपा। यार मैं सोचा नहीं सगा इन्ना सोहना टाउन निकलूगा, क्योंकि मैं एक्सप्लोर ही नहीं किया हाले अपना वैंकूवर आइलैंड। 2 साल हो गए इतने रहने, तो पूरी फीलिंग आ घेंट आ काम पूरा। तो एक करी ना ड्रोन डा के तुम व्यू दिखा, बहुत घेंट सिस्टम आ। सो जी घूमन तो आए थे, पर ड्रोन तोड़ लिया अपना। चलो व्यू तो वैसे ड्रोन ना ही देखना ही घेंट घेंट, जे देखो की बनना। पर फिर भी आप इंजॉय करा पूरा, देखा हिसाब किताब की आ। शहर बहुत सोहना यार, कॉलेकम शहर का नाम आ। तो जे तुसी वैंकूवर लाइट नहीं आ रही, जे तुसी वैंकूवर आइलैंड आओगे तो जरूर आयो, घेंट आ काम पूरा। जिदा वैंकूवर इंग्लिश बे आ, उदा का ही कुछ सीन आ इत्थे भी। बिलिये ठीक हाँ? मम्मी मम्मी मैंने कहते शॉर्ट्स पा के जा, ठंड इन्नी है इतने। जून का महीना पर दिसंबर है। आ पिछे घर घेंट आ, एंड इधर बीच आ सिस्टम। इधर सर्फिंग सुरफिंग कर सकते हो। तो मैंने मम्मी ने पूछा भी रिशीव से हाँ भी उन्होंने कितने गए, इन्हों डर नहीं लगता होगा इतने? हूँ मुझे समझ नहीं आ रही मैं उन्होंने पूछ के कितना वा। मम्मी कितना जा दसो अधे राह ही रह ना मैं। चलो चलिए आपको पूरे पापा जे मैं जाना उत्थे जावा नु पुछन, जे मैं अधे राह ही रह गया मेरा ब्लॉग ही जाए सांभ लोगे? अच्छा हेलो हेलो, ऋषिवीर सिंह गवाच गया है, इसलिए आज तो बाद मैं व्लॉग करूंगा। मेरी आवाज चंगी तरह नहीं आ रही होनी तुहानू, क्योंकि क्योंकि हवा बहुत तेज है। पर एक करी व्यू देखो बाबे, व्यू भले तेरे शिरा क्या ही बात ने। ठंड बहुत है जी, ऐ लग रहा है दिसंबर का महीना चढ़िया। बाबे ओए वो सरी वाले बाबे, जे तुसीं देख रहे हो ना बाबे, आप इत्थे आवांगे जो तुसीं आओगे ननैमो, ठीक है? घेंट आ माहौल चाल, इतने रहेंगे आप 1-2 दिन आके, ठीक है जी?
ਤੇ ਬਾਕੀ ਇਹ ਕੁਛ ਹੀ ਹੈ। ਆਵਾਜ਼ ਮੇਰੀ ਘੱਟ ਆ ਰਹੀ ਹੋਣੀ ਕਿਉਂਕਿ ਹਵਾ ਬਹੁਤ ਤੇਜ਼ ਆ। ਹੋਲੀ ਸ਼ਿਟ, ਸੋ ਨਾਈਸ। ਬਾਬੇ ਉਹ ਨੋ ਜੋਕ, ਮਜ਼ਾਕ ਨਹੀਂ। ਹੁਣੇ ਆਪਾਂ ਆਹ ਵਾਲੀ ਜਗ੍ਹਾ 'ਤੇ ਇੱਥੇ ਖੜ੍ਹੇ ਹੋਏ ਸੀਗੇ ਅਤੇ ਹੁਣ ਦੇਖੋ ਹਾਈਟ ਹਾਈਟ ਹੋਣੀ ਸ਼ੁਰੂ ਹੋ ਗਈ ਆ ਅਤੇ ਆਪਾਂ ਪਿੱਛੇ ਹੋ ਜਾਈਏ। ਆਹ ਦੇਖ ਲਓ ਕਿੰਨੀ ਤੇਜ਼ ਪਾਣੀ ਆ ਰਿਹਾ ਆ ਇੱਦਾਂ। ਓਏ ਕੀ ਹੋ ਗਿਆ ਇਹਨੂੰ? ਇੱਦਾਂ ਲੱਗ ਰਿਹਾ ਕਿ ਮੈਂ ਕੋਈ ਨਾ ਨਿਊਜ਼ ਰਿਪੋਰਟਰ ਹੋ ਗਿਆ। ਬਹੁਤ ਤੇਜ਼ ਪਾਣੀ ਆ ਰਿਹਾ ਹੈ, ਹਮਕੋ ਉਪ ਨਹੀਂ ਰਹਿਣ ਦਿਓ। ਬਹੁਤ ਤੇਜ਼ ਪਾਣੀ ਆ ਰਿਹਾ ਹੈ, ਇਸ ਲਈ ਲਹਿਰੋਂ ਕੀ ਵਜ੍ਹਾ ਸੇ ਹਮਕੋ ਪੀਛੇ ਜਾਣਾ ਪੜ ਰਿਹਾ ਹੈ। ਇਹ ਕਾਮ ਹੋ ਗਿਆ ਹੈ ਮਹਾਰਾਜ, ਕੰਮ ਦਾ ਘੈਂਟ ਹੈ ਇੱਥੇ। ਬਾਕੀ ਜੋ ਮਰਜ਼ੀ ਉਹ ਨਜ਼ਾਰਾ ਆ। ਆਵਾਜ਼ ਮੇਰੀ ਮੈਨੂੰ ਪਤਾ ਤੁਹਾਨੂੰ ਕਿੱਦਾਂ ਦੀ ਆ ਰਹੀ ਹੋਊਗੀ, ਪਰ ਫਿਰ ਵੀ ਨਜ਼ਾਰਾ ਹੈ। ਬਾਬੇ ਉਹ ਜੇ ਦੇਖ ਸਕਦੇ ਹੋ ਤਾਂ ਰੇਨਬੋ ਪਹੁੰਚ ਗਏ ਨੇ ਜੀ। ਰੇਨਬੋ ਨਹੀਂ, ਰੇਨਬੋ ਜੀ ਕੀ ਹਾਲ ਨੇ, ਠੀਕ ਠਾਕ ਹੋ? ਕਿਆ ਬਾਤ ਹੈ ਜੀ। ਹੁਣ ਮੈਂ ਸੋਚਦਾ ਹੁੰਦਾ ਕਿ ਆਪਾਂ ਪਾਣੀ ਪੈ ਰਿਹਾ, ਮੈਂ ਸੋਚਦਾ ਹੁੰਦਾ ਆਪਾਂ ਇੰਨੀ ਸੋਹਣੀ ਜਗ੍ਹਾ 'ਤੇ ਰਹਿ ਰਹੇ ਹਾਂ ਅਤੇ ਕੱਲ੍ਹ ਨੂੰ ਜਦੋਂ ਇੰਡੀਆ ਜਾਊਂਗਾ ਮੈਂ ਤਾਂ ਉੱਥੇ ਘੁੰਮਣ ਫਿਰਨ ਜਾਵਾਂਗੇ, ਉਹ ਚੀਜ਼ਾਂ ਵਧੀਆ ਨਹੀਂ ਲੱਗਣੀਆਂ ਉਨੀਆਂ। ਬਾਕੀ ਜੋ ਮਰਜ਼ੀ ਕੋਈ ਯਾਰ, ਆਪਣਾ ਜਿੱਥੇ ਆਪਾਂ ਰਹਿ ਰਹੇ ਹਾਂ ਰਾਈਟ ਨਾਓ, ਹੈ ਨਾ, ਵਨ ਆਫ ਦਾ ਬੈਸਟ ਜਗ੍ਹਾ ਆ ਰਹਿਣ ਲਈ। ਇੰਨੇ ਸੋਹਣੇ ਵਿਊ ਆ, ਘੈਂਟ ਆ ਕੰਮ। ਹੁਣ ਤਾਂ ਆਦਤ ਪੈ ਗਈ ਹੈ ਇੱਥੋਂ ਦੀ, ਪਰ ਜਦੋਂ ਬੰਦਾ ਨਵਾਂ ਨਵਾਂ ਆਉਂਦਾ ਉਦੋਂ ਬਹੁਤ ਐਪਰੀਸ਼ੀਏਟ ਕਰਦਾ ਆ ਵੀ ਵਿਊਜ਼ ਨੂੰ, ਪਰ ਉਹ ਤਾਂ ਆਉਂਦਾ ਜੀ ਆਪਣਾ ਆਪਣਾ ਹੀ ਆ, ਠੀਕ ਆ। ਪਰ ਜੋ ਕੋਈ ਨਵਾਂ ਬੰਦਾ ਆਊਗਾ ਉਹ ਵੀ ਦੱਸ ਸਕਦਾ ਕਿ ਇਹ ਵਿਊ ਦੀ ਵੈਲਿਊ ਕੀ ਆ।